ਹਾਕੀ ਕਲੱਬ ਸਮਰਾਲਾ ਦੇ ਸਾਰੇ ਅਹੁਦੇਦਾਰ, ਸਾਰੇ ਵੀਰ ਭੈਣ ਭਰਾ ਅੱਜ ਮੇਰੇ ਨਾਲ ਨੇ ਖੜ੍ਹੇ ਇਸ ਰੇਲਵੇ ਸਟੇਸ਼ਨ ਸਮਰਾਲਾ 'ਤੇ, ਜੋ ਕਿ ਇੱਕ ਇੰਨਾ ਹਰਿਆ ਭਰਿਆ ਦਿਸ ਰਿਹਾ ਕਿ ਜਿਹੜੇ ਪੰਜਾਬ ਦੇ ਮੈਂ ਕਹਿ ਸਕਦਾ ਪਾਰਕ ਆ ਉਹਨਾਂ ਨੂੰ ਮਾਤ ਪਾਉਂਦਾ ਹੈ। ਇਹ ਕੋਈ ਅਚਾਨਕ ਨਹੀਂ ਸਾਰਾ ਕੁਝ ਵਾਪਰਿਆ। ਇਹ ਹਾਕੀ ਕਲੱਬ ਸਮਰਾਲਾ ਦੇ ਜਿਹੜੇ ਉਤਸ਼ਾਹੀ ਨੌਜਵਾਨ ਸਾਰੇ ਨੇ, ਸਾਡੀਆਂ ਭੈਣਾਂ ਦੇ ਨਾਲ, ਉਹਨਾਂ ਨੇ ਪਿਛਲੇ ਕਾਫੀ ਸਾਲਾਂ ਤੋਂ ਲਗਾਤਾਰ ਮਿਹਨਤ ਕੀਤੀ ਹੈ। ਇਕੱਲਾ ਇਸ ਸਟੇਸ਼ਨ 'ਤੇ ਨਹੀਂ, ਇਸ ਪੂਰੇ ਇਲਾਕੇ ਨੂੰ ਹਰਿਆ ਭਰਿਆ ਕਰਨ ਲਈ ਉਹਨਾਂ ਨੇ ਇੱਕ ਤਹੱਈਆ ਕੀਤਾ ਹੋਇਆ। ਕਾਸ਼ ਇਹ ਜਿਹੜੀ ਸੋਚ ਹੈ ਉਹ ਸਾਰੀ ਦੁਨੀਆ ਅਪਣਾ ਲਵੇ। ਘੱਟੋ ਘੱਟ ਮੈਂ ਆਪਣੇ ਪੰਜਾਬੀਆਂ ਨੂੰ ਤਾਂ ਜ਼ਰੂਰ ਬੇਨਤੀ ਕਰਦਾ ਕਿ ਇਹਨਾਂ ਤੋਂ ਇਹ ਸਿੱਖਣਾ ਚਾਹੀਦਾ ਸਾਨੂੰ ਕਿ ਸਾਡਾ ਗੁਰਬਾਣੀ ਵਿੱਚ ਵੀ ਅਤੇ ਸਾਡੇ ਵਿਰਸੇ ਵਿੱਚ ਵੀ ਰੁੱਖਾਂ ਦੀ ਬਹੁਤ ਮਹਾਨਤਾ ਦੱਸੀ ਗਈ ਹੈ। ਜਿਹੜੇ ਫਲ ਫੁੱਲ ਤਾਂ ਹੈਗੇ ਹੀ ਹੈਗੇ ਆ, ਜਿਹੜੀ ਜਿਉਣ ਲਈ ਸਭ ਤੋਂ ਵੱਡੀ ਚੀਜ਼ ਆ ਸਾਹ ਅਸੀਂ ਲੈਂਦੇ ਹਾਂ, ਉਹ ਆਕਸੀਜਨ ਵੀ ਜਿਹੜਾ ਸਾਡੇ ਰੁੱਖ ਆ ਉਹ ਸਾਨੂੰ ਦਿੰਦੇ ਆ। ਕਈ ਵਾਰੀ ਅਸੀਂ ਸੋਚਦੇ ਹਾਂ ਕਿ ਇਹ ਇਕੱਲੇ ਬੈਠ ਕੇ ਸੋਚਣਾ ਚਾਹੀਦਾ ਕਿ ਜਿਹਨਾਂ ਫਲਾਂ ਵਾਲੇ ਰੁੱਖਾਂ ਦਾ ਅਸੀਂ ਫਲ ਖਾਂਦੇ ਹਾਂ, ਜਿਨ੍ਹਾਂ ਦੀਆਂ ਛਾਵਾਂ ਥੱਲੇ ਅਸੀਂ ਬੈਠਦੇ ਹਾਂ, ਉਹ ਅਸੀਂ ਨਹੀਂ ਰੁੱਖ ਲਾਏ ਹੋਏ, ਸਾਡੇ ਬਜ਼ੁਰਗਾਂ ਨੇ ਲਾਏ ਹੋਏ ਆ। ਅਤੇ ਅਸੀਂ ਉਸ ਪਿਰਤ ਨੂੰ ਅੱਗੇ ਤੁਰੀਏ, ਅਸੀਂ ਵੀ ਆਉਣ ਵਾਲੇ ਬੱਚਿਆਂ ਲਈ ਉਹਨਾਂ ਦੇ, ਜੇ ਉਹਨਾਂ ਨੇ ਛਾਵੇਂ ਨਹੀਂ ਵੀ ਬੈਠਣਾ, ਚਲੋ ਉਹ ਕਹਿਣਗੇ ਅਸੀਂ ਏਸੀ 'ਚ ਬੈਠਣਾ ਆ, ਪਰ ਸਾਹ ਤਾਂ ਹਰੇਕ ਨੇ ਏਸੀ ਹਵਾ 'ਚ ਲੈਣਾ ਆ। ਸੋ ਤਾਜ਼ੀ ਹਵਾ ਲਈ, ਇਸ ਪੌਣ ਪਾਣੀ ਨੂੰ ਵਧੀਆ ਰੱਖਣ ਦੇ ਲਈ ਰੁੱਖ ਲਗਾਉਣ ਦੀ ਪਿਰਤ ਜਿਹੜੀ ਆ ਹਾਕੀ ਕਲੱਬ ਸਮਰਾਲਾ ਨੇ ਪਾਈ ਆ, ਉਹਨੂੰ ਹਰ ਇੱਕ ਨੂੰ ਅੱਗੇ ਤੋਰਨਾ ਚਾਹੀਦਾ। ਸੰਗਤਾਰ ਦਾ ਲਿਖਿਆ ਹੋਇਆ ਮੈਂ ਕਮਲ ਹੀਰ ਅਸੀਂ ਰਲ ਕੇ ਗੀਤ ਗਾਇਆ ਸੀ, ਧੀਆਂ ਬਚਾਓ ਰੁੱਖ ਲਗਾਓ ਪਾਣੀ ਦਾ ਸਤਿਕਾਰ ਕਰੋ, ਅਤੇ ਉਹਦੇ ਵਿੱਚ ਕਿਹਾ ਸੀ ਕਿ ਪਿੱਪਲਾਂ ਬੋਹੜਾਂ ਦੀ ਛਾਂ ਥੱਲੇ ਪਲਦਾ ਸੀ ਪੰਜਾਬ ਕਦੇ, ਅਤੇ ਵੱਡੇ ਵੱਡੇ ਕਿੰਨੇ ਦਰੱਖਤ ਸੀਗੇ ਜਿਨ੍ਹਾਂ ਦੇ ਨਾਲ ਸਾਡੇ ਵੇਲੇ ਜੰਗਲ ਸਾਰੇ ਆਬਾਦ ਸੀਗੇ। ਪਰ ਅਗਲੀ ਗੱਲ ਸੰਗਤਾਰ ਨੇ ਬਹੁਤ ਅੱਛੀ ਲਿਖੀ ਆ, ਕਹਿੰਦਾ ਲਾਲਚ ਦੇ ਵਸ ਵਣ ਉੱਜੜ ਗਏ, ਹੁਣ ਪਿੰਡ ਨਾ ਉੱਜੜਨ ਸਾਰ ਕਰੋ। ਹੁਣ ਇਹ ਤਾਂ ਸੋਚੋ ਕਿ ਅਸੀਂ ਜੰਗਲ ਵੇਲੇ ਤਾਂ ਪੱਧਰੇ ਕਰਕੇ ਜ਼ਮੀਨਾਂ ਬਣਾ ਲਈਆਂ, ਹੁਣ ਪਿੰਡਾਂ ਨੂੰ ਆਪਣੇ ਆਲੇ ਦੁਆਲੇ ਨੂੰ ਤਾਂ ਹਰਿਆ ਭਰਿਆ ਅਸੀਂ ਰੱਖ ਲਈਏ। ਸੋ ਇਹ ਮੇਰੀ ਸਾਰਿਆਂ ਨੂੰ ਬੇਨਤੀ ਹੈ, ਹਰੇਕ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਇਹਦੇ ਵਿੱਚ। ਸੋ ਮੈਂ ਆਪਣੇ ਕਲਾਕਾਰ ਭਰਾਵਾਂ ਨੂੰ ਵੀ ਬੇਨਤੀ ਕਰਦਾ, ਅਤੇ ਇਹ ਤਾਂ ਬੇਨਤੀ ਵੈਸੇ ਹਰ ਇੱਕ ਆਮ ਇਨਸਾਨ ਲਈ ਆ। ਮੈਨੂੰ ਅੱਜ ਇੱਕ ਹੋਰ ਸਭ ਤੋਂ ਵੱਡੀ ਬੜੀ ਵਧੀਆ ਗੱਲ ਲੱਗੀ ਹੈ, ਇਹ ਕਹਿੰਦੇ ਕਿ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰ ਨੇ, ਅਸੀਂ ਉੱਦਾਂ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਰੁੱਖ ਲਗਾ ਰਹੇ ਹਾਂ, ਪਰ ਇੱਕ ਪਿਰਤ ਹੈ ਕਿ ਜਿਸ ਵੀ ਮੈਂਬਰ ਦਾ ਜਨਮ ਦਿਨ ਹੁੰਦਾ, ਬਰਥਡੇ ਹੁੰਦਾ, ਉਹ ਇੱਕ ਰੁੱਖ ਹਰੇਕ ਬਰਥਡੇ 'ਤੇ ਲਾਉਂਦਾ। ਜੇ ਇਹੀ ਕਿਤੇ ਸੋਚ ਹਰ ਪੰਜਾਬੀ ਅਪਣਾ ਲਵੇ ਤਾਂ ਲੱਖਾਂ ਦੇ ਹਿਸਾਬ ਨਾਲ ਬੂਟੇ ਲੱਗ ਜਾਣ। ਬੂਟੇ ਲਾਉਣੇ ਨਹੀਂ ਹੈਗੇ ਕਾਫੀ, ਉਹਨਾਂ ਨੂੰ ਪਾਲਣਾ, ਬੱਚਿਆਂ ਵਾਂਗੂ ਪਾਲਣਾ ਪੈਂਦਾ। ਸੋ ਜਦੋਂ ਜਨਮ ਦਿਨ 'ਤੇ ਕੋਈ ਬੂਟਾ ਲਾਏਗਾ ਤਾਂ ਉਹਦਾ ਖਿਆਲ ਵੀ ਕਰੂਗਾ। ਮੈਨੂੰ ਅੱਜ ਤੱਕ ਯਾਦ ਹੈ, ਮੇਰੀ ਜਿਹੜੀ ਡਾਟਰ ਹੈ ਉਹ 16 ਸਾਲ ਦੀ ਹੋ ਗਈ ਹੈ, ਪਰ ਜਦੋਂ ਉਹਦਾ ਜਨਮ ਦਿਨ ਸੀ, ਜਦੋਂ ਉਹ ਜਨਮੀ ਸੀਗੀ ਤਾਂ ਮੇਰੇ ਮਾਤਾ ਜੀ ਕਿਤੇ ਕੋਈ ਗੁਲਾਬ ਦਾ ਇੱਕ ਟਾਹਣੀ ਲੈ ਕੇ ਗਏ, ਫੁੱਲ ਲੈ ਕੇ ਗਏ ਸੀ ਉਹਨੂੰ ਪਹਿਲੇ ਦਿਨ ਜਿਸ ਦਿਨ ਉਹਨੇ ਜਨਮ ਲਿਆ ਹੋਸਪਿਟਲ, ਅਤੇ ਉਹ ਜਿਹੜਾ ਫੁੱਲ ਸੀ ਉਹ ਘਰ ਨੂੰ ਲੈ ਆਉਂਦਾ, ਅਤੇ ਮੇਰੀ ਮਾਤਾ ਜੀ ਨੇ ਉਹ ਬੂਟਾ ਲਾ ਦਿੱਤਾ, ਅਤੇ ਉਹਨੂੰ ਅਜੇ ਤੱਕ ਗੁਲਾਬ ਦੇ ਫੁੱਲ ਲੱਗ ਰਹੇ ਆ। ਤਾਂ ਮੇਰੀ 16 ਸਾਲ ਦੀ ਬੱਚੀ ਵੱਡੀ ਹੋ ਗਈ ਆ, ਪਰ ਉਹ ਅੱਜ ਵੀ ਯਾਦ ਕਰਦੀ ਹੁੰਦੀ, ਕਹਿੰਦੀ ਇਹ ਮੇਰੀ ਦਾਦੀ ਨੇ ਮੇਰੇ ਜਨਮ ਦਿਨ ਵਾਲੇ ਦਿਨ ਹੋਸਪਿਟਲ ਲੈ ਕੇ ਗਈ ਸੀ। ਇੱਥੋਂ ਕਿੱਡੀ ਵੱਡੀ ਸੋਚ ਮਿਲਦੀ ਆ। ਸੋ ਮੇਰੀ ਬੇਨਤੀ ਆ ਸਾਰਿਆਂ ਨੂੰ, ਆਓ ਅਸੀਂ ਪੰਜਾਬ ਨੂੰ ਆਪਣੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਲਈ, ਇੱਕ ਬਹੁਤ ਮਹਾਨ ਪਿਰਤ ਜਿਹੜੀ ਆ ਰੁੱਖ ਲਗਾਉਣ ਦੀ, ਉਹ ਆਪਣੇ ਜੀਵਨ ਦਾ ਹਿੱਸਾ ਬਣਾ ਲਈ। ਬਹੁਤ ਬਹੁਤ ਧੰਨਵਾਦ।